ਹਾਂਜੀ, ਛੋਟੇ ਨੂੰ ਪਿਆਰ, ਵੱਡੇ ਨੂੰ ਸਤਿਕਾਰ, ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ। ਅੱਜ ਅਸੀਂ ਸੁਣਾਂਗੇ ਥੋੜ੍ਹੀਆਂ ਜਿਹੀਆਂ ਗੱਲਾਂ, ਨਾਲ ਸੁਣਾਂਗੇ ਥੋੜ੍ਹੇ ਜਿਹੇ ਗੀਤ। ਮੇਰੇ ਨਾਲ ਹੈ ਕਿੰਗ ਬੀ ਚੌਹਾਨ ਅਤੇ ਨਵਜੀਤ। ਨਵਜੀਤ ਜੀ, ਕਿੰਗ ਜੀ, ਵੈਲਕਮ ਟੂ ਦ ਸ਼ੋ। ਥੈਂਕ ਯੂ ਸੋ ਮਚ ਭਾਅ ਜੀ, ਥੈਂਕ ਯੂ। ਥੈਂਕ ਯੂ ਭਾਅ ਜੀ। ਕਰਮਾ ਵਾਲਾ ਹੈ ਵੈਸੇ ਆਪਣਾ ਕਿੰਗ, ਹੈ ਨਾ? ਕਹਿੰਦੇ ਵੀ ਕਰਮਾ ਨੂੰ ਕੋਈ ਨਵਾਂ ਗੀਤ ਆ ਰਿਹਾ ਜਿਹੜਾ ਅੱਜ ਕਰਮਾ ਨੂੰ ਇੱਕ ਸਾਡਾ ਇੱਕ ਸਲੋਗਨ ਬਣਨਾ ਹੁਣ, ਹਰ ਚੀਜ਼ ਕਰਮਾ ਨਾਲ ਮਿਲਣੀ ਹੈ। ਅਸੀਂ ਹੁਣ ਇੱਥੇ ਖੜੇ ਹਾਂ ਕਰਮਾ ਨਾਲ, ਤੁਹਾਡੇ ਨਾਲ ਗੱਲਾਂ ਕਰ ਰਹੇ ਕਰਮਾ ਨਾਲ, ਸਾਨੂੰ ਕੋਈ ਦੇਖ ਰਿਹਾ ਕਰਮਾ ਨੂੰ, ਕਿਉਂਕਿ ਸਾਡਾ ਗਾਣਾ ਆ ਰਿਹਾ ਕਰਮਾ ਨੂੰ। ਬਿਲਕੁਲ ਬਿਲਕੁਲ। ਅੱਛਾ ਨਵਜੀਤ ਜੀ, ਆਪਾਂ ਗੱਲ ਸ਼ੁਰੂ ਹੋ ਗਈ ਹੈ ਕਰਮਾ ਨੂੰ, ਇਸ ਗੀਤ 'ਤੇ ਥੋੜ੍ਹੀ ਜਿਹੀ ਰੋਸ਼ਨੀ ਪਾਓ। ਇੱਕ ਤਾਂ ਇਹ ਕਦੋਂ ਰਿਲੀਜ਼ ਹੋ ਰਿਹਾ, ਦੂਜਾ ਇਹਦੇ ਵਿੱਚ ਦਰਸ਼ਕਾਂ ਨੂੰ ਕੀ ਦੇਖਣ ਨੂੰ ਮਿਲੇਗਾ, ਕੀ ਸੁਣਨ ਨੂੰ ਮਿਲੇਗਾ? ਭਾਅ ਜੀ, ਇਹ ਗੀਤ ਅਸੀਂ ਵੈਲੇਂਟਾਈਨ 'ਤੇ ਕਰ ਰਹੇ ਹਾਂ ਰਿਲੀਜ਼, ਅਤੇ ਵੈਲੇਂਟਾਈਨ ਨੂੰ ਇਹਦੀ ਵੀਡੀਓ ਰਿਲੀਜ਼ ਕਰ ਰਹੇ ਹਾਂ, ਅਤੇ ਆਡੀਓ ਇਹਦਾ ਅਸੀਂ 2 ਕੁ ਦਿਨ ਪਹਿਲਾਂ ਕਰ ਦਾਂਗੇ। ਅਤੇ ਬੇਸਿਕਲੀ ਇਹ ਕਪਲ ਸੌਂਗ ਆ, ਹੈ ਨਾ ਜੀ, ਹਰੇਕ ਕੁੜੀ ਆਪਣੇ ਪਾਰਟਨਰ ਲਈ ਗਾ ਸਕਦੀ ਆ, ਅਤੇ ਉਹਦੀ ਪ੍ਰੇਜ਼ ਕਰ ਰਹੀ ਹੈ ਕਿ ਉਹਦੀ ਲਾਈਫ 'ਚ ਉਹਦੇ ਪਾਰਟਨਰ ਦੇ ਆਉਣ ਨਾਲ ਕਿੱਦਾਂ ਉਹਦੀ ਲਾਈਫ ਚੇਂਜ ਹੋ ਗਈ, ਹੈ ਨਾ, ਕਿੱਦਾਂ ਉਹਦੀਆਂ ਖੁਸ਼ੀਆਂ ਦੁੱਗਣੀਆਂ ਹੋ ਗਈਆਂ। ਸੋ ਇਟਸ ਆਲ ਅਬਾਊਟ ਲਵ, ਅਤੇ ਮੈਨੂੰ ਪੂਰਾ ਯਕੀਨ ਆ ਕਿ ਇਹ ਗਾਣਾ ਬਹੁਤ ਜ਼ਿਆਦਾ ਹਿੱਟ ਹੋਊਗਾ ਅਤੇ ਲੋਕਾਂ ਨੂੰ ਪਸੰਦ ਬਹੁਤ ਆਊਗਾ। ਅਤੇ ਕਿੰਗ ਜੀ, ਤੁਸੀਂ ਵੀ ਇਸ ਗੀਤ ਦੇ ਵਿੱਚ ਆ ਕੇ ਸ਼ੋਭਾ ਵਧਾਈ ਹੈ ਇਸ ਗੀਤ ਦੀ, ਤੁਹਾਡਾ ਕੀ ਰੋਲ ਰਿਹਾ ਇਹਦੇ ਵਿੱਚ? ਭਾਅ ਜੀ ਦਾ ਮੈਨੂੰ ਫੋਨ ਆਇਆ ਸੀ, ਕਹਿੰਦੇ ਕਿ ਇੱਕ ਗਾਣਾ ਹੈਗਾ ਅਤੇ ਆਪਾਂ ਉਹ ਕਰਨਾ, ਅਤੇ ਭਾਅ ਜੀ ਮੇਰੀ ਪੁਰਾਣੀ ਫਰੈਂਡਸ਼ਿਪ ਹੈ, ਅਤੇ ਮੈਂ ਭਾਅ ਜੀ ਦੇ ਘਰ ਗਿਆ ਤਾਂ ਭਾਅ ਜੀ ਨੇ ਮੈਨੂੰ ਉਹਦਾ ਆਡੀਓ ਸੁਣਾਇਆ ਸੀ। ਤਾਂ ਓਨੈਸਟਲੀ ਭਾਅ ਜੀ, ਜਦੋਂ ਆਪਾਂ ਗਾਣੇ ਸੁਣੀ ਨਾ, ਕਈ ਵਾਰੀ ਕਈ ਗਾਣੇ ਬੰਦਾ ਤਾਂ ਕਰ ਲੈਂਦਾ ਕਿ ਯਾਰ ਚਲੋ ਕਰ ਲਓ, ਕੀ ਹੋ ਗਿਆ, ਕਲੈਕਸ਼ਨ ਹੀ ਹੈ। ਬਟ ਜੈਨੂਅਨਲੀ ਭਾਅ ਜੀ, ਮੈਨੂੰ ਗਾਣਾ ਬਹੁਤ ਪਸੰਦ ਆਇਆ, ਓਨੈਸਟਲੀ, ਨੋਟ ਬਿਕੋਜ਼ ਆਈ ਐਮ ਅ ਪਾਰਟ ਆਫ ਦਿਸ ਸੌਂਗ। ਗਾਣੇ ਦੇ ਲਿਰਿਕਸ ਕੀ, ਗਾਣਾ ਜਿੱਦਾਂ ਗਾਇਆ ਭਾਅ ਜੀ ਨੇ, ਜਾਂ ਗਾਣੇ ਦਾ ਮਿਊਜ਼ਿਕ, ਐਵਰੀਥਿੰਗ ਇਜ਼ ਟੂ ਗੁੱਡ। ਫਿਰ ਮੈਂ ਕਿਹਾ ਭਾਅ ਜੀ, ਗਾਣਾ ਤੁਹਾਡਾ ਹਿੱਟ ਆ। ਭਾਅ ਜੀ ਕਹਿੰਦੇ ਇਹ 'ਚ ਤੇਰਾ ਰੋਲ ਹੈ, ਇਹ ਰੋਲ ਹੈ ਤੇਰਾ। ਮੈਂ ਭਾਅ ਜੀ ਇਹ 'ਚ ਜੇ ਤੁਸੀਂ ਮੈਨੂੰ ਪਾਸਿੰਗ ਸ਼ਾਟ ਦੇ ਦਿਉ ਨਾ, ਮੈਂ ਨਿਕਲਣਾ ਸਾਈਡ ਤੋਂ, ਕਿਤੋਂ ਮੈਂ ਉਹ ਵੀ ਕਰ ਲੈਣਾ ਸੀ, ਕਿਉਂਕਿ ਮੈਨੂੰ ਸੌਂਗ ਬਹੁਤ ਪਸੰਦ ਆ। ਸੋ ਦੈਟਸ ਵਾਈ ਮੈਂ ਇੰਕਲੂਡ ਹੋ ਗਿਆ ਪਾਰਟ 'ਚ ਜੀ। ਬਾਕੀ ਕਿੰਗ ਦੀ ਸਿਫਤ ਆ, ਅਤੇ ਜਦੋਂ ਵੀ ਮੈਨੂੰ ਲੋਡ ਹੁੰਦੀ ਹੈ ਕੋਈ ਵੀ ਡਿਸਕਸ ਕਰਦੇ ਹਾਂ ਆਪਾਂ, ਵੈਸੇ ਹੀ ਜਦੋਂ ਮਿਲਣਾ ਹੁੰਦਾ ਅਤੇ ਨਿੱਕੇ ਜਿਹੇ ਸੱਦੇ ਦੇ ਕਿੰਗ ਆ ਨਾ ਹਾਜ਼ਰ ਹੁੰਦਾ। ਅਤੇ ਮੇਰੀ ਵੀ ਭਾਅ ਜੀ ਕੋਸ਼ਿਸ਼ ਹੁੰਦੀ ਹੈ ਕਿ ਜਦੋਂ ਵੀ ਕੋਈ ਕੰਮ ਕਰਨਾ, ਜਿਹੜੇ ਲੋਕ ਤੁਹਾਡੇ ਨਾਲ ਜੁੜੇ ਨੇ, ਹੈ ਨਾ, ਜਿਹੜੇ ਨਾਲ ਤੁਹਾਡੇ ਵੈਲ ਵਿਸ਼ਸ ਨੇ, ਉਹਨਾਂ ਨੂੰ ਹੀ ਨਾਲ ਲੈ ਕੇ ਚੱਲੋ, ਹੈ ਨਾ, ਤਾਂ ਕਿ ਇੱਕ ਦੂਜੇ ਦੇ ਨਾਲ ਹੀ ਤਰੱਕੀਆਂ ਹੁੰਦੀਆਂ ਨੇ। ਅਤੇ ਕਿੰਗ ਬੀ ਨੇ ਆ ਕੇ ਵੀਡੀਓ ਦੇ ਵਿੱਚ, ਹੈ ਨਾ ਜੀ, ਵੀਡੀਓ ਨੂੰ 4 ਚੰਨ ਲਾਏ ਨੇ, ਕਿੰਗ ਬੀ ਆ, ਇੰਦਰ ਖਹਿਰਾ, ਅਤੇ ਗਾਣੇ ਦੀ ਲੀਡ ਸੋਨਮ ਪਟੇਲ, ਅਤੇ ਸਾਡਾ ਮਿੱਤਰ ਸਨੀ, ਅਤੇ ਛੋਟਾ ਜਿਹਾ ਇੱਕ ਨਵਾਂ ਸਟਾਰ ਜੋਵਨ ਸਿੰਘ, ਹੈ ਨਾ, ਤੁਸੀਂ ਉਹ ਵੀ ਦੇਖੋਗੇ ਵੀਡੀਓ ਦੇ ਵਿੱਚ। ਅਤੇ ਮੈਨੂੰ ਪਤਾ ਲੱਗਿਆ ਵੀ ਇਹਦੇ ਵਿੱਚ ਪਿਓ ਪੁੱਤ ਨੇ ਡੈਬਿਊ ਕੀਤਾ। ਹਾਂਜੀ ਭਾਅ ਜੀ, ਆਏ ਸਨੀ ਅਤੇ ਉਹਦਾ ਬੇਟਾ 1.5 ਸਾਲ ਦਾ, ਐਕਚੁਅਲੀ ਛੋਟੇ ਬੱਚੇ ਦਾ ਰੋਲ ਸੀਗਾ, ਅਤੇ ਅਸੀਂ ਉਹਨੂੰ ਜਵਾਕ ਨੂੰ ਸਵੇਰੇ 6:30 ਸ਼ੂਟ ਕਰਨਾ ਸੀ ਅਸੀਂ, ਅਤੇ ਬੜਾ ਔਖਾ ਸੀ ਜਵਾਕ ਨੂੰ ਸਵੇਰੇ ਉਠਾਉਣਾ, ਉਹਨੂੰ ਮੈਨੇਜ ਕਰਨਾ, ਬਟ ਸਾਰਾ ਕੁਝ ਵਧੀਆ ਤਰੀਕੇ ਨਾਲ ਹੋ ਗਿਆ। ਅੱਛਾ, ਮੇਰੀ ਅਤੇ ਨਵਜੀਤ ਦੀ ਸਾਂਝ ਤਾਂ ਇੱਕ ਹੈ ਵੀ ਅਸੀਂ ਦੋਨੋਂ ਵੀ ਬੋਥ ਕਮ ਫਰੋਮ ਮੋਹਾਲੀ। ਭਾਅ ਜੀ ਜਲੰਧਰ ਕੈਂਟ ਤੋਂ ਆ ਮੈਂ, ਜਲੰਧਰ ਕੈਂਟ ਬੜਾ ਇੱਕ ਪਿਆਰੀ ਜਗ੍ਹਾ ਹੈਗੀ ਹੈ, ਅਤੇ ਅਸੀਂ ਹਮੇਸ਼ਾ ਘਰੋਂ ਨੱਠਦੇ ਭੱਜਦੇ, ਲੋਕ ਦਿਲ ਲਗਾਉਂਦੇ। ਇੱਕ ਵਾਰੀ ਤਾਂ ਮੈਂ ਆਪਣਾ ਘਰ ਛੱਡ ਕੇ ਚੱਲਾ ਸੀ, ਆਈ ਵਾਜ਼ ਨੋਟ ਈਵਨ 18, ਕਿ ਮੈਂ ਬੰਬੇ ਜਾਣਾ, ਹੀਰੋ ਬਣਨਾ। ਫਿਰ ਉਹ ਘਰਦੇ ਨੇ ਚਪੇੜਾਂ 2 ਮਾਰੀਆਂ, ਕਹਿੰਦੇ ਥੋੜ੍ਹਾ ਜਿਹਾ ਅਕਲ ਕਰੋ ਘਰਦਿਆਂ ਨੂੰ, ਕੋਈ ਪੜ੍ਹ ਲਿਖ ਲਓ, ਆਸਟ੍ਰੇਲੀਆ ਜਾਓ, ਬਣੋ ਕੁਛ। ਅਤੇ ਮਤਲਬ ਦੈਟ ਵਾਜ਼ ਰੈਂਡਮ ਪਲਾਨ। ਆਸਟ੍ਰੇਲੀਆ ਮੈਂ ਸਿਰਫ ਤਾਂ ਆਇਆ ਵਾਂ ਕਿਉਂਕਿ ਮੇਰੀ ਫੈਮਿਲੀ ਕਹਿੰਦੀ ਜੀ ਕੁਛ ਕਰੋ, ਅਤੇ ਮੈਨੂੰ ਸੀ ਕਿ ਦੁਕਾਨ 'ਤੇ ਨਾ ਬਿਠਾ ਦਿੰਦਾ ਸਾਨੂੰ, ਕਿਉਂਕਿ ਡਰ ਸੀ ਮਨ 'ਚ ਕਿ ਫਿਰ ਮੈਂ ਕੁਛ ਕਰੀਅਰ ਅੱਗੇ ਕਰ ਨਹੀਂ ਪਾਵਾਂਗਾ, ਆਸਟ੍ਰੇਲੀਆ ਚਲਾ ਜਾਣਾ, 2 ਸਾਲ ਕੱਢ ਕੇ ਵਾਪਸ ਆ ਕਹਾਂਗਾ ਮੇਰੇ ਕੋਲ ਕੰਮ ਨਹੀਂ ਹੋਇਆ, ਅਤੇ ਮੈਂ ਹੁਣ ਆਪਣਾ ਮੈਨੂੰ ਐਕਟਰ ਬਣਨਾ। ਪਰ ਉਹ ਲੱਕੀਲੀ ਇੱਥੇ ਆ ਕੇ ਫਿਰ ਨਵੀਂ 'ਚ ਪਤਾ ਲੱਗ ਗਈਆਂ, PR, ਸਿਟੀਜ਼ਨਸ਼ਿਪ, ਇੰਨਾ ਕੁਛ ਹੋ ਗਿਆ, ਕਰਦੇ ਕਰਦੇ 10 ਸਾਲ ਹੋ ਚੱਲੇ ਨੇ ਜੀ, ਨਵਾਂ ਭੱਜ ਪਾਇਆ ਨਾ ਕੁਛ ਹੋਰ ਭੱਜ ਪਾਇਆ। ਹਾਂ, ਪਰ ਲੱਕੀਲੀ ਮੈਂ ਫੋਰਚੂਨੇਟ ਰਿਹਾ ਕਿ ਮੇਰੀ ਜਿਹੜੀ ਐਕਟਿੰਗ ਵਾਲਾ ਜਿਹੜਾ ਹੈਗਾ ਵੇ, ਉਹ ਮੈਂ ਕੰਟੀਨਿਊ ਕਰ ਪਾਇਆ, ਅਤੇ ਬੜੇ ਪਿਆਰੇ ਮਿੱਤਰ ਨੇ ਜਿਹਨਾਂ ਨੇ ਸਾਥ ਦਿੱਤਾ, ਸਪੋਰਟਰਸ ਨੇ ਜਿਹੜੇ ਵੀਡੀਓ ਦੇਖਦੇ ਨੇ ਸਾਡੀਆਂ, ਜਾਂ ਇੱਕ ਇੱਥੇ ਦਾ ਮੀਡੀਆ, ਮੈਂ ਕਹਾਂਗਾ ਸਪੈਸ਼ਲ ਥੈਂਕਸ ਟੂ ਦੈਮ ਕਿ ਮੈਨੂੰ ਹਮੇਸ਼ਾ ਕਵਰ ਕਰਦੇ ਨੇ। ਫਿਜੀ ਟਾਈਮ ਸਪੈਸ਼ਲੀ ਮੈਂਸ਼ਨ ਕਰਨਾ ਚਾਹਾਂਗਾ ਕਿ ਭਾਅ ਜੀ ਦੀ ਜਿਹੜੀ ਫਿਜੀ ਟਾਈਮਸ ਹੈ, ਹਮੇਸ਼ਾ ਭਾਅ ਜੀ ਆਪ ਕਰਕੇ ਤਾਂ ਨਹੀਂ ਕਹਿ ਰਹੇ, ਨਹੀਂ ਨਹੀਂ ਓਨੈਸਟਲੀ ਭਾਅ ਜੀ ਆਪ ਅਪਰੋਚ ਕਰਦੇ ਨੇ। ਇੱਕ ਵਾਰ ਵੀਡੀਓ ਬਣਾਈ ਸੀ ਮੈਂ, ਇੱਕ ਰਾਧੇ ਮਾਂ ਵਾਲੀ ਵੀਡੀਓ ਬਣਾਈ ਸੀ ਇੱਕ, ਅਤੇ ਮੈਂ ਨਾ ਉਹ 'ਚ ਇੱਕ ਕਰੈਕਟਰ ਤਵਾ ਵੀ ਲਾਇਆ ਸੀ, ਕਹਿੰਦੇ ਭਾਅ ਜੀ ਨਾਲ ਪਿਆਰ ਆ, ਅਤੇ ਭਾਅ ਜੀ ਦਾ ਥੋੜ੍ਹਾ ਜਿਹਾ ਨਾਮ ਮੈਂਸ਼ਨ ਕੀਤਾ ਸੀ ਮੈਂ, ਭਾਅ ਜੀ ਦਾ ਮੈਨੂੰ ਫੋਨ ਆਇਆ, ਮੈਨੂੰ ਡਰਿਆ ਵੀ ਪਿਆ ਸੀ, ਮੈਂ ਭਾਅ ਜੀ ਮੈਨੂੰ ਗਾਲਾਂ ਕੱਢਣ ਕੇ ਸ਼ਾਇਦ, ਭਾਅ ਜੀ ਨੇ ਇੰਨੇ ਵਧੀਆ ਤਰੀਕੇ ਨਾਲ ਮੈਨੂੰ ਕਹਿੰਦਾ ਮੈਨੂੰ ਬੜੀ ਵਧੀਆ ਵੀਡੀਓ ਲੱਗੀ ਤੇਰੀ, ਅਤੇ ਬਹੁਤ ਅੱਛਾ ਭਾਅ ਜੀ ਮੇਰੇ ਕਵਰੇਜ ਲਾਈ ਪੂਰੀ। ਭਾਅ ਜੀ ਇਹ ਵੀ ਨਹੀਂ ਕਵਰੇਜ ਇੰਨੀ ਕਲਾਣਗੇ ਭਾਅ ਜੀ, ਪੂਰੇ 2 ਪੇਜ ਮੈਨੂੰ ਹੀ ਦਿੰਦੇ ਨੇ ਸਿਰਫ ਆਪਣੇ ਉਹਦੇ। ਤਰੀਫਾਂ ਬੰਦ, ਆਪਾਂ ਵਾਪਸ ਚਲੀਏ ਕਰਮਾ ਨੂੰ।
ਵੱਲ ਜਾਂਦੇ ਹਾਂ ਤੇ ਕਿਉਂ ਨਾ ਆਪਾਂ ਫੈਬਰੀ ਵੈਲੈਂਟਾਈਨ ਡੇ ਨੂੰ ਗਾਣਾ ਬਹੁਤ ਵਧੀਆ ਆਰ ਸਵਾਮੀ ਹੋਣਾ ਨੇ ਬਹੁਤ ਵਧੀਆ ਤਰੀਕੇ ਨਾਲ ਸ਼ੂਟ ਕੀਤਾ ਤੇ ਗਾਣਾ ਵੀ ਬਿਗ ਸੌਂਗ ਤੇ ਕਿਉਂ ਨਾ ਆਪਾਂ ਜਦੋਂ ਦਰਸ਼ਕਾਂ ਨੂੰ ਇੰਨੀ ਜ਼ਿਆਦਾ ਉਤਸ਼ਾਹ ਪੈਦਾ ਕਰ ਦਿੱਤਾ ਤੇ ਦੋ ਲਾਈਨਾਂ ਹੀ ਹੋ ਜਾਣ ਕਰਮਾਂ ਨੂੰ ਵਾਲੇ ਦੇ ਹਾਂਜੀ 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 ਬਿਲਕੁਲ ਕਿੰਗ ਜੀ ਤੁਸੀਂ ਗਾਓਗੇ ਨਹੀਂ ਤੁਹਾਡਾ ਕੰਮ ਹੈ ਤੁਸੀਂ ਕਰੋ ਇਸਕਾ ਕੰਮ ਤੁਸੀਂ ਸਾਜੇ ਪਿਆਰ ਬੜਾ ਕਰਦਾ ਏ ਰੋਣ ਨਹੀਂ ਉਹ ਦਿੰਦਾ ਚਿਹਰੇ ਮੁਰਝਾਏ ਨਾਲ ਸੌਣ ਨਹੀਂ ਉਹ ਦਿੰਦਾ ਮੇਰਾ ਵੀ ਫਰਜ਼ ਇਹੀ ਉਹ ਬਣਦਾ ਤੇਰੇ ਹਾਸਿਆਂ ਤੋਂ ਦੇਵਾਂ ਜਾਨ ਵਾਰ ਮੈਂ ਕਰਮਾਂ ਨੂੰ ਮਿਲਿਆ ਐ ਸੋਹਣਿਆ ਸੱਚੀ ਭਾਗਾਂ ਵਾਲੀ ਹੋਣੀ ਮੁੱਟੇ ਯਾਰ ਮੈਂ ਕਰਮਾਂ ਨੂੰ ਮਿਲਿਆ ਐ ਸੋਹਣਿਆ ਸੱਚੀ ਭਾਗਾਂ ਵਾਲੀ ਹੋਣੀ ਮੁੱਟੇ ਯਾਰ ਮੈਂ ਬਹੁਤ ਖੂਬ ਬਹੁਤ ਖੂਬ ਕਰਮਾਂ ਨੂੰ 14 ਫਰਵਰੀ ਨੂੰ ਤੁਸੀਂ ਰਿਲੀਜ਼ ਕਰ ਰਹੇ ਹੋ ਇਹ ਕਿਹੜੇ ਕਿਹੜੇ ਪਲੇਟਫਾਰਮ 'ਤੇ ਤੁਸੀਂ ਰਿਲੀਜ਼ ਕਰਨ ਦਾ ਦੀ ਤਿਆਰੀ ਰੱਖੀ ਹੋਈ ਹੈ ਆਪਾਂ ਜੀ ਸਭ ਤੋਂ ਪਹਿਲਾਂ ਤਾਂ ਸੋਸ਼ਲ ਮੀਡੀਆ ਸਾਡਾ ਮੇਨ ਜ਼ਰੀਆ ਜਿਹਦੇ ਥਰੂ ਕਿੰਗ ਜੀ ਹੈ ਨਾ ਜਿਹਦੇ ਕਰਕੇ ਅੱਜ ਇੱਥੇ ਖੜ੍ਹੇ ਆ ਅਤੇ ਹੈ ਨਾ ਸੋਸ਼ਲ ਮੀਡੀਆ ਦਾ ਅੱਜ ਬਹੁਤ ਵੱਡਾ ਹੱਥ ਆ ਕਿਸੇ ਵੀ ਗਾਣੇ ਨੂੰ ਹਿੱਟ ਕਰਨਾ ਕਿਸੇ ਵੀ ਚੀਜ਼ ਨੂੰ ਲੋਕਾਂ ਤੱਕ ਪਹੁੰਚਾਉਣਾ ਅਤੇ ਉਸ ਤੋਂ ਬਾਅਦ PTC ਚੈਨਲ PTC ਮੋਸ਼ਨ ਪਿਕਚਰਸ ਨਾਲ ਐਂਡ ਗੀਗੀ ਵਾਈਬਸ ਮਿਊਜ਼ਿਕ ਰਿਲੀਜ਼ ਕਰ ਰਹੇ ਨੇ ਅਤੇ ਸਾਰੇ ਪੰਜਾਬੀ ਚੈਨਲਸ ਦੇ ਉੱਤੇ 14 ਤਰੀਕ ਤੋਂ ਦੇਖਣ ਨੂੰ ਮਿਲੂਗਾ ਜੀ ਅਤੇ ਇਹਦਾ ਮਿਊਜ਼ਿਕ ਕਿਹਨੇ ਦਿੱਤਾ ਹੈ ਮਿਊਜ਼ਿਕ ਭਾਅ ਜੀ ਮੈਂ ਇੱਕ ਵਾਰੀ ਫਿਰ ਦੱਸਦਾ ਕਿ ਪਿੰਦੇ ਔਜਲੇ ਬਾਈ ਨੇ ਮਿਊਜ਼ਿਕ ਦਿੱਤਾ ਮੇਰਾ ਪਹਿਲਾ ਜੁੱਤੀ ਗਾਣੇ ਦਾ ਮਿਊਜ਼ਿਕ ਵੀ ਪਿੰਦੇ ਬਾਈ ਨੇ ਦਿੱਤਾ ਸੀ ਅਤੇ ਇਸ ਗਾਣੇ ਨੂੰ ਵੀ ਬਹੁਤ ਰੀਜਨਲ ਬਣਾਇਆ ਅਤੇ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਅਤੇ ਲਿਖਿਆ ਇੱਕ ਰਾਜ ਕਾਨੂੰਵਾਨ ਨੇ ਅਤੇ ਬਹੁਤ ਵਧੀਆ ਸਾਰਾ ਕੁਝ ਕੰਬੀਨੇਸ਼ਨ ਬਹੁਤ ਵਧੀਆ ਆਮ ਹੈਪੀ ਵਿਦ ਦਾ ਪ੍ਰੋਜੈਕਟ ਸੋ ਭਾਅ ਜੀ ਮੈਂ ਇਹੀ ਕਹਿਣਾ ਉਹਨਾਂ ਜੇ ਲਿਖਾਰੀ ਨਾ ਲਿਖਦਾ ਤਾਂ ਗਾਉਣ ਵਾਲਾ ਗਾਉਂਦਾ ਕਿੱਦਾਂ ਆਪਣੀ ਆਵਾਜ਼ ਦੇ ਕੇ ਸ਼ੌਹਰਤਾਂ ਕਮਾਉਂਦਾ ਕਿੱਦਾਂ ਹੈ ਨਾ ਸੋ ਉਹੀ ਸਭ ਤੋਂ ਪਹਿਲਾਂ ਲਿਰਿਸਿਸਟ ਫਿਰ ਮਿਊਜ਼ਿਕ ਡਾਇਰੈਕਟਰ ਫਿਰ ਗਾਉਣ ਵਾਲੇ ਦੀ ਵਾਰੀ ਆਉਂਦੀ ਹੈ ਫਿਰ ਉਸ ਤੋਂ ਬਾਅਦ ਵੀਡੀਓ ਡਾਇਰੈਕਟਰ ਹੈ ਨਾ ਜੀ ਸੋ ਇਹ ਸਾਡੀਆਂ ਜੜ੍ਹਾਂ ਨੇ ਸਾਡੀ ਬੈਕਬੋਨ ਆ ਰਾਈਟਰ ਮਿਊਜ਼ਿਕ ਡਾਇਰੈਕਟਰ ਤੁਸੀਂ ਜਿਵੇਂ ਨਾਮ ਲਿੱਤਾ ਆਰ ਸਵਾਮੀ ਉਹ ਆਰ ਸਵਾਮੀ ਲਿਖ ਸੋਚਦੇ ਆ ਇਹ ਬੰਦਾ ਨਾ ਸਿੱਧਾ ਸਾਊਥ ਵੱਲ ਚਲੇ ਜਾਂਦਾ ਹੈ ਬਟ ਗਾਣੇ ਸਾਰੇ ਉਹਨਾਂ ਨੇ ਪੰਜਾਬੀ ਡਾਇਰੈਕਟ ਕੀਤੇ ਹੋਏ ਆ ਉਹਨਾਂ ਬਾਰੇ ਕੋਈ ਦੋ ਲਫ਼ਜ਼ ਗ੍ਰੇਟ ਗਾਏ ਨਾ ਜੀ ਆਰ ਸਵਾਮੀ ਭਾਅ ਜੀ ਦੋ ਲਫ਼ਜ਼ ਹੋ ਗਏ ਭਾਅ ਜੀ ਭਾਅ ਜੀ ਹੁਣ ਹੈਗੇ ਵੈਸੇ ਜਲੰਧਰ ਤੋਂ ਨੇ ਹੈ ਨਾ ਅਤੇ ਬੰਬੇ ਸਾਡਾ ਭਾਅ ਜੀ ਹੁਣ ਬੰਬੇ ਰਹਿੰਦੇ ਨੇ ਅਤੇ ਹੁਣ ਜਿਵੇਂ ਉਹਨਾਂ ਨੇ ਕਾਫੀ ਵੀਡੀਓਜ਼ ਕੀਤੀਆਂ ਨੇ ਹੁਣ ਸਾਡਾ ਵਧੀਆ ਪਰਸਨਲ ਤਾਲੁਕਾਤ ਨੇ ਅਤੇ ਉਹ ਵੀ ਇੱਕ ਨਿੱਕੇ ਜਿਹੇ ਸੱਦੇ 'ਤੇ ਜਦੋਂ ਵੀ ਮੈਂ ਉਹਨਾਂ ਨੂੰ ਦੱਸਦਾ ਕਿ ਭਾਅ ਜੀ ਵੀਡੀਓ ਸ਼ੂਟ ਕਰਨੀ ਆ ਅਤੇ ਮੇਰੇ ਕੰਮ ਨੂੰ ਹਮੇਸ਼ਾ ਪ੍ਰਾਇਓਰਟੀ 'ਤੇ ਰੱਖ ਕੇ ਉਹ ਹਮੇਸ਼ਾ ਮੇਰਾ ਕੰਮ ਆਪਣੇ ਵੱਲੋਂ ਜੀ ਜਾਣਾ ਕੰਮ ਕਰਦੇ ਨੇ ਉਹ ਮੇਰਾ ਖਿਆਲ ਹੈ ਦਿਲਾਂ ਦੀ ਸਾਂਝ ਹੀ ਹੈਗੀ ਜਿਹਦੇ ਕਰਕੇ ਉਹ ਇੱਕ ਸੱਦੇ 'ਤੇ ਚਲੇ ਆਉਂਦੇ ਆ ਅਤੇ ਮੇਰੀ ਬੈਸਟ ਵਿਸ਼ਿਜ਼ ਕਰਮਾਂ ਨੂੰ ਗੀਤ ਦੀ ਪੂਰੀ ਟੀਮ ਨੂੰ ਲਿਰਿਸਿਸ ਤੋਂ ਲੈ ਕੇ ਵੀਡੀਓ ਤੱਕ ਸਾਡੇ ਗਾਣੇ ਨੂੰ ਜਿਹੜੇ ਵੀ ਦੇਖ ਰਹੇ ਨੇ ਜਦੋਂ ਗਾਣਾ ਆਵੇ ਤੁਹਾਨੂੰ ਸਭ ਨੂੰ ਸੌਂ ਲੱਗੇ ਤੁਸੀਂ ਸ਼ੇਅਰ ਕਰਨਾ ਤੁਹਾਨੂੰ ਸਭ ਨੂੰ ਸੌਂ ਲੱਗੇ ਤੁਸੀਂ ਆਪਣੇ ਪੋਜ਼ਿਟਿਵ ਓਨੈਸਟ ਰਿਵਿਊ ਦੇਣੇ ਨੇ ਕਿਉਂਕਿ ਆਪਣੇ ਇੰਡੀਆ 'ਚ ਬੰਦਾ ਰੋਟੀ ਖਾਵੇ ਨਾ ਖਾਵੇ ਵਰਤਾਂ ਕਰਕੇ ਪਰ ਸੌਂ ਜ਼ਰੂਰ ਖਾਂਦਾ ਹਰ 15 ਮਿੰਟ ਬਾਅਦ ਕਿੰਗ ਦੀ ਸੌਂ ਜੇ ਨਾ ਸ਼ੇਅਰ ਕੀਤਾ ਹੈ ਠੀਕ ਹੈ ਇੰਟਰਵਿਊ ਖਤਮ ਕਰਨ ਤੋਂ ਪਹਿਲਾਂ ਇੱਕ ਵਾਰੀ ਫਿਰ ਕਰਮਾਂ ਨੂੰ ਸਾਰੇ ਜਣੇ ਸੁਣਿਓ ਸ਼ੇਅਰ ਕਰਿਓ ਅਤੇ ਆਪਣੇ ਕਮੈਂਟ ਓਨੈਸਟਲੀ ਜ਼ਰੂਰ ਦਿਓ ਕਰਮਾਂ ਨੂੰ ਮਿਲਿਆ ਏ ਸੋਹਣਿਆ ਸੱਚੀ ਭਾਗਾਂ ਵਾਲੀ ਹੋਣੀ ਮੁੱਟੇ ਯਾਰ ਮੈਂ ਕਰਮਾਂ ਨੂੰ ਮਿਲਿਆ ਏ ਸੋਹਣਿਆ ਸੱਚੀ ਭਾਗਾਂ ਵਾਲੀ ਹੋਣੀ ਮੁੱਟੇ ਯਾਰ ਮੈਂ ਥੈਂਕ ਯੂ ਵੈਰੀ ਮੱਚ ਜੀ ਥੈਂਕ ਯੂ ਸੋ ਮੱਚ ਐਂਡ ਆਈ ਲਵ ਯੂ ਐਵਰੀਵਨ ਥੈਂਕ ਯੂ ਤੇ ਇਹ ਸੀ ਨਵਜੀਤ ਅਤੇ ਕਿੰਗ ਬੀ ਚੌਹਾਨ ਅਤੇ ਮੈਂ ਨਵਨੀਤ ਥੈਂਕ ਯੂ ਸੋ ਮੱਚ